ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ, ਮੈਂ ਬਖਸੀਤ ਸਿੰਘ ਤੁਹਾਡਾ ਆਪਣੇ ਚੈਨਲ 'ਤੇ ਐਗਰੀਕਲਚਰ ਫਾਰਮ 'ਤੇ ਸਵਾਗਤ ਕਰਦਾ ਹਾਂ। ਜਿਹੜੇ ਕਿਸਾਨ ਵੀਰ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ, ਬੈੱਲ ਵਾਲਾ ਬਟਨ ਜ਼ਰੂਰ ਦਬਾਏ ਤਾਂ ਜੋ ਵਧੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਤਕਰੀਬਨ ਹੁਣ ਆਪਣੇ ਜਿੰਨੀਆਂ ਵੀ ਕਣਕਾਂ ਨੇ ਸਭ ਦੀਆਂ ਵਧੀਆ ਖੜੀਆਂ ਨੇ। ਚਲੋ, ਜਿਨ੍ਹਾਂ ਦੇ ਮਾੜਾ ਮੋਟਾ ਕੋਈ ਧੱਕਾ ਲੱਗ ਗਿਆ ਸੀ ਜਾਂ ਕੋਈ ਪਾਣੀ ਪੂਣੀ ਜ਼ਿਆਦਾ ਲੱਗ ਗਿਆ ਸੀ, ਰਿਕਵਰ ਹੋ ਗਈਆਂ ਕਣਕਾਂ, ਫਿਲਹਾਲ ਜਿੰਨੀ ਆਪਣੇ ਵਧੀਆ ਖੜੀਆਂ ਨੇ ਕਣਕਾਂ। ਪਰ ਜਿਹੜਾ ਗੜੇ ਗੁੜੀ ਮਾਰੀ ਦਾ ਨੁਕਸਾਨ ਹੋ ਜਾਂਦਾ, ਇਹਦੀ ਕੋਈ ਦੇਖੋ ਭਰਪਾਈ ਨਹੀਂ ਕਰ ਸਕਦੇ, ਪਰਮਾਤਮਾ ਦੀ ਕਰਨੀ ਹੈ। ਜਿੱਦਾਂ ਪਹਿਲਾਂ ਵੀ ਹੋ ਗਿਆ ਸੀ, ਹੁਣ ਵੀ ਮੇਰੇ ਸੁਣਨ 'ਚ ਆਇਆ ਵੀ ਇੱਕ ਦੋ ਜਗ੍ਹਾ 'ਤੇ ਗੜੇ ਮਾਰੀ ਹੋਈ ਹੈ। ਅਤੇ ਜਿਹੜੇ ਕਿਸਾਨ ਵੀਰਾਂ ਨੇ ਫਸਲਾਂ ਪਾਣੀ ਨਾਲ ਭਰੀਆਂ ਸੀਗੀਆਂ ਕਣਕਾਂ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਾਣੀ ਹਵਾ ਨੇ ਧੱਕਾ ਮਾਰਿਆ, ਕਿਉਂਕਿ ਬਹੁਤ ਜ਼ਿਆਦਾ ਤੇਜ਼ ਕੱਲ ਦੀਆਂ ਹਵਾਵਾਂ ਚੱਲ ਰਹੀਆਂ ਨੇ। ਆਪਣੇ ਵੀ DPW 222+187 ਦੇ ਪਲਾਟ ਨੇ, ਇਹਨਾਂ 'ਚ ਵੀ ਤੁਸੀਂ ਦੇਖ ਸਕਦੇ ਹੋ, ਨਾਲੇ ਹਜੇ ਨਿਸਾਰਾ ਲਿਆ ਨਹੀਂ ਕਣਕ ਨੇ, ਲੈ ਰਹੀ ਆ ਕਿਤੇ ਕਿਤੇ ਮਾੜਾ ਮੋਟਾ, ਫਿਰ ਵੀ ਇਹ ਕਣਕਾਂ ਆਪਣੀਆਂ ਟੇਢੀਆਂ ਕਰਤੀਆਂ। ਤਾਂ ਕਿਸਾਨ ਵੀਰੋ, ਅੱਜ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨੀ, ਇੱਕ ਬਹੁਤ ਜ਼ਿਆਦਾ ਜ਼ਰੂਰੀ ਟੋਪਿਕ ਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ, ਕਿਉਂਕਿ ਬਹੁਤ ਵੀਰ ਨੇ ਜਿਹੜੇ ਜਿਨ੍ਹਾਂ ਨਾਲ ਇਹ ਸਮੱਸਿਆ ਦਾ ਸਾਹਮਣਾ ਹੁੰਦਾ ਹੈ, ਬਹੁਤ ਜ਼ਿਆਦਾ ਜ਼ਿਮੀਦਾਰ ਨੇ ਇਸ ਸਥਿਤੀ ਦੇ। ਦੇਖੋ ਕਿਸਾਨ ਵੀਰੋ, ਆਪਾਂ ਫਸਲ ਦੇ ਉੱਪਰ ਬਾਹ ਤਾਂ ਸਾਰੀ ਲਾ ਦਿੰਦੇ ਹਾਂ, ਆਪਾਂ ਹਰ ਇੱਕ ਚੀਜ਼ ਦਾ ਪੂਰੀ ਤਰ੍ਹਾਂ ਪੌਸ਼ਟਿਕ ਤਾਂ ਉਹਨੂੰ ਦਿੰਦੇ ਹਾਂ ਵੀ ਘਾਟ ਨਾ ਕਿਸੇ ਚੀਜ਼ ਦੀ ਰਹਿ ਜੇ ਫਸਲ ਦੇ ਵਿੱਚ। ਪਰ ਐਂਡ 'ਤੇ ਜਾ ਕੇ ਕਿਸਾਨ ਵੀਰੋ ਕੀ ਹੁੰਦਾ ਗਾ, ਆਪਣਾ ਜਿਹੜਾ ਝਾੜ ਆ ਉਹ ਆਪਾਂ ਨੂੰ ਘੱਟ ਮਿਲਦਾ ਵਾ। ਜੇ ਤਾਂ ਕੋਈ ਕੁਦਰਤ ਦੀ ਮਾਰ ਹੋ ਗਈ, ਦੇਖੋ ਉਹ ਰਹਿ ਗਈ ਜੁਦਾ ਗੱਲ, ਜੇ ਹੁਣ ਬਿਲਕੁਲ ਸਹੀ ਟੈਂਪਰੇਚਰ ਆ, ਬਿਲਕੁਲ ਸਹੀ ਕਣਕਾਂ ਪੱਕ ਰਹੀਆਂ ਨੇ, ਗਵਾਂਢੀ ਦਾ ਝਾੜ ਆਪਣਾ 25 ਨੂੰ ਹੱਥ ਲਾ ਰਿਹਾ, 25 ਕੁਇੰਟਲ ਨੂੰ ਆਪਣਾ ਮਾਰ ਰਿਹਾ ਹੈਗਾ ਉਹੀ 17-18 ਨੂੰ ਹੱਥ, ਤਾਂ ਉਹਦੇ 'ਚ ਕਿਸਾਨ ਵੀਰੋ ਆਪਣੇ ਤੋਂ ਦੇਖੋ ਕਈ ਗਲਤੀਆਂ ਹੋ ਜਾਂਦੀਆਂ ਨੇ। ਉਹ ਗਲਤੀਆਂ ਕੀ ਨੇ ਜਾਂ ਗਲਤੀਆਂ ਹੋ ਕਿਵੇਂ ਜਾਂਦੀਆਂ ਨੇ, ਉਹ ਆਪਾਂ ਤੁਹਾਡੇ ਨਾਲ ਅੱਜ ਸਾਰੀ ਜਾਣਕਾਰੀ ਸ਼ੇਅਰ ਕਰਨੀ ਹੈ। ਦੇਖੋ ਕਿਸਾਨ ਵੀਰੋ, 3-4 ਮੇਨ ਮੋਟੀਆਂ ਜਿਹੀਆਂ ਜਿਹੜੀਆਂ ਆਪਣੀਆਂ ਗੱਲਾਂ ਯਾਦ ਰੱਖਣ ਵਾਲੀਆਂ ਹੁੰਦੀਆਂ ਨੇ। ਦੇਖੋ ਪਹਿਲੇ ਨੰਬਰ 'ਤੇ ਤਾਂ ਕਿਸਾਨ ਵੀਰੋ, ਜਿਹੜੀ ਵੀ ਆਪਾਂ ਫਸਲ ਬੀਜਣੀ ਆ ਕਣਕ ਦੀ, ਤੁਸੀਂ ਵਰਾਇਟੀ ਆ ਜਿਹੜੀ ਉਹ ਸਿਲੈਕਟ ਕਰੋ ਪਹਿਲਾਂ ਤਾਂ, ਵੀ ਹਾਂ ਆਪਣੇ ਏਰੀਏ ਦੇ ਵਿੱਚ ਆ ਵਰਾਇਟੀ ਸਿਲੈਕਟ ਹੈ, ਵਰਾਇਟੀ ਵਧੀਆ ਚੱਲ ਰਹੀ ਹੈ, ਵਰਾਇਟੀ ਨੇ ਵਧੀਆ ਝਾੜ ਦਿੱਤਾ। ਦੂਜੇ ਨੰਬਰ 'ਤੇ ਤੁਸੀਂ ਦੇਖੋ ਉਸ ਦਾ ਪਹਿਲਾਂ ਟਾਈਮ ਪੀਰੀਅਡ ਸਿਲੈਕਟ ਕਰੋ ਵੀ ਹਾਂ ਇਹ ਇੰਨੇ ਕੁ ਟਾਈਮ ਤੋਂ ਇੰਨੇ ਟਾਈਮ 'ਚ ਪੱਕ ਜੂ, ਫਿਰ ਉਹਦੀ ਬਿਜਾਈ ਦੀ ਡੇਟ, ਇਹ ਜਿਹੜੀਆਂ 3-4 ਮੋਟੀਆਂ ਗੱਲਾਂ ਨੇ ਪਹਿਲਾਂ ਤੁਸੀਂ ਯਾਦ ਰੱਖਣੀਆਂ ਨੇ। ਬਿਜਾਈ ਦੇ ਟਾਈਮ ਦੇ ਹਿਸਾਬ ਨਾਲ ਤੁਸੀਂ ਵਰਾਇਟੀ ਸਿਲੈਕਟ ਕਰੋ। ਸਾਰਿਆਂ ਤੋਂ ਵੱਡੀ ਝਾੜ ਦੇ ਵਿੱਚ ਘਾਟਾ ਪਾਉਣ ਵਾਲੀਆਂ ਗੱਲ ਆਪਣੇ 'ਚ ਇਹੀ ਹੈ। ਗੱਲ ਕੀ ਹੁੰਦੀ ਹੈ ਕਿਸਾਨ ਵੀਰੋ, ਆਪਾਂ ਵਰਾਇਟੀ ਲੈ ਲੈਂਦੇ ਹਾਂ ਕਿ ਸ਼ੋਰਟ ਟਰਮ ਬੀਜ ਦਿੰਦੇ ਆਪਾਂ ਅਗੇਤੀ। ਦੇਖੋ ਜਦੋਂ ਆਪਣੀ ਕਣਕ ਨੇ ਨਿਸਾਰਾ ਲੈਣਾ ਹੁੰਦਾ, ਇਹਨੂੰ ਪ੍ਰੋਪਰ ਐਨ ਇੱਕੋ ਮਤਲਬ ਕਿ ਕਹੀ ਆਪਾਂ ਇੱਕ ਤਰ੍ਹਾਂ ਦਾ ਨਿਸਾਰਾ ਲੈਣਾ, ਇਹਨੂੰ 15-25 ਡਿਗਰੀ ਟੈਂਪਰੇਚਰ ਚਾਹੀਦਾ ਹੁੰਦਾ, 15-16 ਤੋਂ ਲੈ ਕੇ 25-24-25 ਤੱਕ। ਜਦੋਂ ਇਹ ਕਿਸਾਨ ਵੀਰੋ ਟੈਂਪਰੇਚਰ ਹੁਣ ਆਪਣੇ ਕਿੰਨਾ ਲੋਅ ਸੀ,
ਬਹੁਤ ਕਣਕਾਂ ਨੇ ਨਿਸਾਰਾ ਲਿਆ। ਦੇਖੋ ਕਿਤੇ ਤਾਂ ਬੱਲੀਆਂ ਛੋਟੀਆਂ ਰਹਿਣ ਦੀ ਸਮੱਸਿਆ ਆ ਗਈ, ਕਿਤੇ ਕੋਈ ਸਮੱਸਿਆ ਆ ਗਈ, ਇਹ ਸਮੱਸਿਆ ਨਿਸਾਰੇ ਦੇ ਵਿੱਚ ਆ ਗਈ। ਉਹਦਾ ਆਪਣੇ ਝਾੜ 'ਤੇ ਵੀ ਇਫੈਕਟ ਪਾਉਣਾ ਜਾ ਕੇ ਉਹਨੇ। ਜੇ ਹੁਣ ਆਪਾਂ ਗਹਿਤੀ ਬੀਜਣੀ ਆ ਤਾਂ ਤੁਸੀਂ ਲੌਂਗ ਟਰਮ ਵਰਾਇਟੀ ਚੂਜ਼ ਕਰੋ, ਜਿਹੜੀ ਜ਼ਿਆਦਾ ਸਮਾਂ ਖੜ ਸਕੇ, ਸਹੀ ਟਾਈਮ 'ਤੇ ਪੱਕੇ ਜਾਣੀ। ਇਹ ਨਹੀਂ ਹੈਗਾ ਵੀ ਆਪਾਂ ਦੂਜਿਆਂ ਨਾਲੋਂ ਵੀ ਗਾਹਾਂ ਲੰਘਾ ਦਈਏ, ਸਹੀ ਸਮੇਂ 'ਤੇ ਪੱਕੇ, ਸਹੀ ਝਾੜ ਲੈ ਸਕੀਏ ਆਪਾਂ ਉਹਦਾ। ਅਤੇ ਕਿਸਾਨ ਵੀਰੋ, ਅੱਗੇ ਆ ਜਾਂਦੀ ਆ ਗੱਲ ਆਪਣੇ ਨਦੀਨ ਨਾਸ਼ਕਾਂ ਦੀ। ਹੁਣ ਆਪਾਂ ਨਦੀਨ ਨਾਸ਼ਕ ਨੇ ਜਿਹੜੇ, ਤੁਹਾਨੂੰ ਦੇਖੋ ਪਹਿਲਾਂ ਵੀ ਆਪਾਂ ਦੱਸਿਆ ਵੀ ਨਦੀਨ ਨਾਸ਼ਕਾਂ ਦੀ ਨੈਚੁਰਲੀ ਜਿਹੜੀ ਕਰਨ ਦਾ ਟਾਈਮ ਟੇਬਲ ਹੁੰਦਾ, ਜਿਹੜੀਆਂ ਗੀਤੀਆਂ ਕਣਕਾਂ ਨੇ 40 ਤੋਂ 50 ਕੁ ਦਿਨ ਤੱਕ ਕਰ ਸਕਦੇ ਹੋ ਤੁਸੀਂ। ਜਿਹੜੀਆਂ ਪਛੇਤੀਆਂ ਕਣਕਾਂ ਹੁੰਦੀਆਂ ਨੇ ਜਾ ਕੇ ਦਸੰਬਰ ਦੇ ਸ਼ੁਰੂ 'ਚ ਜਾਂ ਨਵੰਬਰ ਦੇ ਲਾਸਟ 'ਚ, ਉੱਥੇ ਜਾ ਕੇ ਆਪਾਂ 55 ਦਿਨ 60 ਦਿਨ ਤੱਕ ਵੀ ਕਰ ਸਕਦੇ ਹਾਂ। ਇਹ ਨਦੀਨ ਨਾਸ਼ਕਾਂ ਦਾ ਵੀ ਕਿਸਾਨ ਵੀਰੋ, ਜੇ ਆਪਾਂ ਜ਼ਿਆਦਾ ਲੇਟ ਜਾ ਕੇ ਕਰ ਦਿਆਂਗੇ, ਇਹਨਾਂ ਦਾ ਵੀ ਆਪਣੇ ਝਾੜ 'ਤੇ ਇਫੈਕਟ ਦੇਖਣ ਨੂੰ ਮਿਲਦਾ। ਕਿਉਂਕਿ ਆਪਾਂ ਸਟਰੋਂਗ ਸਾਲਟ ਜਦੋਂ ਵਰਤ ਦਿਆਂਗੇ, ਕਈ ਵਾਰ ਆਪਣੇ ਛਿੱਟੇ ਦਾ ਨਿਰਮਾਣ ਹੋ ਰਿਹਾ ਹੁੰਦਾ ਆਪਣੀ ਗੋਭ ਦੇ ਵਿੱਚ, ਨਾਲ ਪੈਪ ਦੇ ਵਿੱਚ, ਜਦੋਂ ਆਪਾਂ ਉਸ ਟਾਈਮ ਜਾ ਕੇ ਨਦੀਨ ਨਾਸ਼ਕ ਵਰਤ ਦਿਆਂਗੇ, ਤਾਂ ਜਦੋਂ ਆਪਣੇ ਮੰਨ ਕੇ ਚਲੋ ਬੂਟੇ ਨੂੰ ਤੁਹਾਡੇ ਨੂੰ ਸਟ੍ਰੈਸ ਆਉਂਦੀ ਹੈ, ਤਾਂ ਉਹਦੇ ਨਿਰਮਾਣ 'ਚ ਵੀ ਦਿੱਕਤ ਆਉਂਦੀ ਹੈ, ਉਹਦੇ ਨਾਲ ਵੀ ਆਪਣਾ ਝਾੜ ਕੱਢਦਾ। ਅਤੇ ਇਸ ਤੋਂ ਅੱਗੇ ਕਿਸਾਨ ਵੀਰੋ ਗੱਲ ਆ ਜਾਂਦੀ ਆਪਣੇ ਮੈਨੇਜਮੈਂਟ ਦੀ, ਪਾਣੀ ਦੀ, ਸਪਰੇਹਾਂ ਦੀ। ਹੁਣ ਜੇ ਕਿਸਾਨ ਵੀਰੋ ਤੁਸੀਂ ਗੱਲ ਮੰਨ ਲਓ, ਤੁਸੀਂ ਪਾਣੀ ਆਪਾਂ ਫਸਲ ਨੂੰ ਜ਼ਿਆਦਾ ਜ਼ਿਆਦਾ ਭਰ ਕੇ ਲਾਤਾ, ਜਾਂ ਜ਼ਿਆਦਾ ਸੋਕਾ ਲਵਾਤਾ, ਦੋਨੇ ਸਮੱਸਿਆ 'ਚ ਆਪਣਾ ਝਾੜ ਘਟੂਗਾ। ਕਿਉਂਕਿ ਜੇ ਜ਼ਿਆਦਾ ਪਾਣੀ ਲਾਵਾਂਗੇ ਤਾਂ ਆਪਣੀ ਫਸਲ ਨੂੰ ਫੰਗਸ ਇਨਫੈਕਸ਼ਨ ਹੋਣ ਦੇ ਚਾਂਸ ਆ ਜਾਂਦੇ ਨੇ। ਜੇ ਸੋਕਾ ਲਾਵਾਂਗੇ ਤਾਂ ਆਪਣੀ ਫਸਲ ਕਮਜ਼ੋਰ ਹੋਊਗੀ, ਸੋਕਾ ਲਾ ਕੇ ਆਪਾਂ ਪਾਣੀ ਦੇਤਾ ਤਾਂ ਫਸਲ ਡਿੱਗੂਗੀ, ਜੇ ਡਿੱਗ ਗਈ ਤਾਂ ਆਪਣਾ ਝਾੜ ਘਟਣਾ ਸੰਭਵ ਆ। ਇਹ ਮੋਟੀਆਂ ਗੱਲਾਂ ਨੇ ਕਿਸਾਨ ਵੀਰੋ, ਜਿਹੜੀਆਂ ਆਪਾਂ ਨੂੰ ਨੋਰਮਲੀ ਪਤਾ ਹੁੰਦੀਆਂ ਨੇ, ਪਰ ਆਪਾਂ ਤੋਂ ਗਲਤੀ ਹੋ ਜਾਂਦੀ ਆ। ਲੇਟ, ਇੱਕ ਸਾਰਿਆਂ ਤੋਂ ਮੇਨ ਗੱਲ ਕਹਿੰਦਾ, ਲੇਟ ਜ਼ਿਆਦਾ ਜਾ ਕੇ ਯੂਰੀਆ ਦੇਣਾ। ਜਦੋਂ ਕਿਸਾਨ ਵੀਰੋ ਆਪਾਂ ਜ਼ਿਆਦਾ ਲੇਟ ਜਾ ਕੇ ਯੂਰੀਆ ਨਾਈਟ੍ਰੋਜਨ ਦਿੰਦੇ ਹਾਂ ਫਸਲ ਨੂੰ, ਤਾਂ ਆਪਣੀ ਫਸਲ ਆ ਜਿਹੜੀ ਉਹ ਹੋਰ ਕੰਮ ਛੱਡ ਕੇ ਉਹਨੂੰ ਗਰੋਥ ਵੱਲ ਨੂੰ ਧਿਆਨ ਦੇ ਲੈਣਾ। ਕਿਉਂਕਿ ਜਦੋਂ ਆਪਾਂ ਨੇ ਕਿਸਾਨ ਵੀਰੋ ਜਿੰਨੀ ਵੀ ਉਹਦਾ ਫਟਾਰਾ ਜਾਂ ਗਰੋਥ ਕਰਾਉਣੀ ਆ, ਉਹ ਆਪਾਂ 55-60 ਦਿਨ ਤੋਂ ਪਹਿਲਾਂ ਕਰਵਾ ਲੈਣੀ ਆ, ਵੀ ਜਿੰਨੀ ਉਹਦੀ ਫਟਾਰਾ ਕਰਵਾਉਣਾ ਆਪਾਂ ਨੇ। ਜਦੋਂ ਫਟਾਰਾ ਹੋ ਗਿਆ, ਫਿਰ ਆਪਾਂ ਉਹਨੂੰ 10-12 ਦਿਨ ਗਰੋਥ ਵਾਸਤੇ ਦਿਓ ਤੁਸੀਂ, 70-75 ਦਿਨ ਤੱਕ। ਜਿਹੜੀ ਸਪਰੇ ਗੱਡ ਕੇ ਕਰਨਾ ਤੁਸੀਂ ਉਦੋਂ ਕੰਮ ਕਰ ਦਿਓ ਜਿੰਨੀ ਗਰੋਥ ਲੈਗੀ, ਵਧੀਆ। ਉਸ ਤੋਂ ਬਾਅਦ ਤੁਸੀਂ ਗਰੋਥ 'ਤੇ ਧਿਆਨ ਨਹੀਂ ਦੇਣਾ, ਉਸ ਤੋਂ ਬਾਅਦ ਤੁਸੀਂ ਦੇਣਾ ਦਾਣੇ 'ਤੇ ਧਿਆਨ, ਵੀ ਆਪਾਂ ਦਾਣੇ ਦੀ ਕੁਆਲਿਟੀ ਸਾਈਜ਼ ਕਿਵੇਂ ਵਧਾਈਏ। ਅਤੇ ਹੁਣ ਆਪਣੇ ਕੀ ਹੁੰਦਾ ਕਿਸਾਨ ਵੀਰੋ, ਜਿਹੜੀਆਂ ਗਰੋਥ ਵਾਲੀਆਂ ਸਪਰੇਹਾਂ ਨੇ ਉਹ ਆਪਾਂ ਕਰੀ ਜਾਂਦੇ ਹਾਂ ਬਾਅਦ 'ਚੋਂ, ਜਿਹੜੀਆਂ ਦਾਣੇ ਵਾਲੀਆਂ ਨੇ ਉਹ ਪਹਿਲਾਂ ਕਰੀ ਜਾਂਦੇ ਹਾਂ। ਸਾਰਿਆਂ ਤੋਂ ਵੱਡੀਆਂ ਸਮੱਸਿਆਵਾਂ ਕਿਸਾਨ ਵੀਰੋ ਚਾਰ ਆਪਣੇ ਨਾਲ ਮੇਨ 4-5 ਸਮੱਸਿਆਵਾਂ ਇਹੀ ਨੇ, ਕਿਉਂਕਿ ਆਪਣੇ ਮੈਨੇਜਮੈਂਟ 'ਚ ਘਾਟ ਆ ਰਹੀ ਹੈ। DAP ਆਪਾਂ ਪੂਰਾ ਦੇ ਦਿੰਦੇ ਹਾਂ, ਯੂਰੀਆ ਪੂਰਾ ਦੇ ਦਿੰਦੇ ਹਾਂ, ਜਾ ਕੇ ਲਵਾ ਤਾਂ ਆਪਾਂ ਨੇ ਸੋਕਾ, ਮੈਨੇਜਮੈਂਟ ਸਹੀ ਕਰ ਲਈ, ਉਹ ਵੀ ਆਪਣੀ ਗਲਤੀ ਹੋ ਗਈ। ਦੇਖੋ ਨਦੀਨ ਨਾਸ਼ਕ ਦੀ ਗਲਤੀ, ਆਪਾਂ ਸਟਰੋਂਗ ਸਾਲਟ ਵਰਤ ਲਿਆ ਉਹ ਵੀ ਆਪਣੀ ਗਲਤੀ ਹੈ, ਜ਼ਿਆਦਾ ਧੱਕਾ ਵੱਜ ਗਿਆ। ਪਾਣੀ ਭਰਮਾ ਲਾਤਾ ਜਾਂ ਸੋਕਾ ਲਵਾਤਾ ਉਹ ਵੀ ਆਪਣੀ ਗਲਤੀ ਆ। ਕਣਕ ਗਿਰੂਗੀ ਵੀ ਆਪਣੀਆਂ 50% ਗਲਤੀਆਂ ਆਪਣੀਆਂ ਹੁੰਦੀਆਂ ਨੇ ਕਣਕ ਡਿੱਗਣ ਦੇ ਵਿੱਚ ਵੀ। ਕੁਦਰਤੀ ਮਾਰ ਤਾਂ ਕੋਈ ਨਹੀਂ ਦੇਖੋ ਆਪਾਂ ਰੋਕ ਸਕਦੇ, ਪਰ ਜਿਹੜੀਆਂ ਆਪਾਂ ਆਪਣੀਆਂ ਗਲਤੀਆਂ ਨੇ ਕੰਟਰੋਲ ਕਰਕੇ ਆਪਾਂ ਵਧੀਆ ਝਾੜ ਲੈ ਸਕਦੇ ਹਾਂ।
ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਨੂੰ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਆਂ ਨੇ ਤੁਹਾਨੂੰ ਵਧੀਆ ਲੱਗੀ ਹੋਣਗੀਆਂ, ਵੀਡੀਓ ਪਸੰਦ ਆਈ ਹੋਵੇਗੀ। ਅਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ। ਧੰਨਵਾਦ।